तो अल्हम्दुलिल्लाह मैं इस वक्त बाबूसार लोलो और ये नदी का नाम क्या है? कसम से अहीर हो गई है, अहीर हो गई है। क्या हाल आ रहे हैं? रोले तो गए हैं लेकिन चस बढ़िया ही है। नहीं, असल में वीडियो बन रही थी तो पीछे मेरा सिर आ रहा है। हमजा स्माइल कर, की गल है? जो डिंपल आए ने ना ला भाई, खाने का सिस्टम शुरू हो गया। चलो भाई ले आ, ले आ प्लेट भरा फटाफट। आ जाओ भाई, आ जाओ। फिलहाल हम पहुंच गए हैं। कहाँ पहुंचे हम आद भाई? हम वैसे जगह का नाम क्या, मुझे भूल गया। हाँ, मानसेरा। तो ये हमारा रूम है, वॉशरूम है। अभी आपको नहीं दिखाऊंगा क्योंकि उम्र अंदर को सब है। तो ये 3 मीटर उसके साथ तो भी और अच्छा नहीं आएगा। हाँ वैसे आएगा तो सही। खिड़की से वैसे नज़र आता है लेकिन कुछ क्लियर नहीं है। चलो काम चलाओ, करना ही है कुछ। और ये दूसरे शरीफों का कमरा। मुझे छोड़ के ना, मैं सबसे खाने में हार कर आ गया, तुम मुझे छोड़ के चले गए। चलो भैया, अब मानसिरा से हम निकलने लगे हैं और हम निकल रहे हैं। हम किधर को? बाला नारान जा रहे हैं। नारान के लिए जा रहे हैं यार, एक दिन नाम नहीं याद रहते। तो हमने स्टे रात को कहाँ पे किया था, किधर किया था, किधर किया था, क्या होटल का? इरम होटल। नाम किधर भाई? वो बड़ा ऊंचा नाम है उसका, वो इरम होटल एंड रेस्टोरेंट। सर्विस नॉर्मल थी, ज़्यादा बुरी नहीं थी। प्राइस के लिहाज से ही ना, जितना गुड डालोगे उतना मीठा होगा। 5 स्टार चाहिए, 6 स्टार चाहिए होटल। पे वेल एंड गेट वेल। अल्हम्दुलिल्लाह मैं इस वक्त बाबूसार लोलो और ये नदी का नाम क्या है? ना वहाँ पे पहुँच गई है, लेकिन एक बात सही है कि पानी आगे बहुत ज़्यादा ठंडा, 10 सेकंड से ज़्यादा नहीं पहुँच मिनट बोल सकते। लो जी, एट लिफ्ट हम लोलो सर जी पहुँच गए। ये नारान से आगे की बहुत ज़्यादा मशहूर झील है लोलो सर झील। माशाल्लाह वाकई यार बहुत प्यारी है। हमजा वेट कर, नीचे जाने की जल्दी है क्या? जी हमने लोलो सर, लोलो सर
ਨਦੀ ਕ੍ਰਾਸ ਕਰ ਲਈ ਝੀਲ ਕ੍ਰਾਸ ਕਰ ਲਈ ਹੈ ਤੋ ਅਲਹਮਦੁਲਿਲਾ ਅਬ ਹਮ ਜੋ ਸਾਹਿਬ ਜਾ ਰਹੇ ਹੈ ਬਾਬੂਸਰ ਟਾਪ ਟਾਪੋ ਟਾਪ ਇਹ ਰਸਤਾ ਮਾਸ਼ਾਅੱਲਾ ਆਡੀ 8 ਕੇ ਲਈ ਬਣਾ ਹੋਇਆ ਜੋ ਹਮੇ ਨਸੀਬ ਹੋਇਆ ਉਹ ਇਸ ਸਾਈਡ ਪੇ ਬਰਫ ਘਿਰੀ ਹੋਈ ਹੈ ਖੱਟੇ ਕਲਰ ਕੀ ਤੋ ਆਪ ਪਾਣੀ ਦੇਖ ਲੇਂਗੇ ਆਪਕੋ ਮਿਲੇਗਾ ਪਾਣੀ ਇਹ ਦੇਖ ਰਹੇ ਨਾ ਪਾਣੀ ਨੀਲਾ ਨੀਲਾ ਤਰੀਨ ਪਾਣੀ ਗ੍ਰੀਨ ਕਲਰ ਕਾ ਹਾਂ ਨਹੀਂ ਉਹ ਨੀਲਾ ਯਾਰ ਗ੍ਰੀਨ ਉਰਦੂ ਮੈਂ ਗ੍ਰੀਨ ਕੋ ਨੀਲਾ ਕਹਤੇ ਹੈ ਹਾਂ ਅੱਛਾ ਦਰਵੇਸ਼ ਪੀਛੇ ਬੈਠੇ ਹੋਏ ਆਈਏ ਦੇਖ ਲੋ ਦਰਵੇਸ਼ ਕੋ ਸ਼ਾਨੀ ਭਾਈ ਡਿੰਪਲ ਕਿੰਗ ਕਹਤੇ ਹੈ ਯੇ ਹਮਦਾ ਭਾਈ ਇਨਕੋ ਨਿਕਨੇਮ ਪੀਸ ਹੈ ਔਰ ਯੇ ਦੇਖੇ ਫਟੇ ਹੋਏ ਆਸ਼ਿਕ ਜੀ ਨੇ ਅੱਜ ਤੱਕ ਪਲਾਟ ਦੇਖ ਲੇ ਜ਼ਿਆਦਾ ਨਹੀਂ ਚਲੇਗਾ ਲੇਕਿਨ ਯੇ ਹਮਾਰਾ ਸਕਵਾਡ ਹੈ ਤੋ ਆਪ ਹਮੇ ਟਿਕਟੋਕ ਪੇ ਫਾਲੋ ਕਰਨਾ ਨਾ ਭੁੱਲੀਏਗਾ ਕਿਉਂਕਿ ਮੇਰੇ ਇਲਾਵਾ ਕਿਸੇ ਕੀ ਆਈਡੀ ਤੋ ਹੈ ਨਹੀਂ ਤੋ ਹਮ ਜਾ ਕਹਾ ਰਹੇ ਹੈ ਗਲੇਸ਼ੀਅਰ ਕੀ ਵਜਹ ਸੇ ਟ੍ਰੈਫਿਕ ਬਲਾਕ ਥੀ ਤੋ ਵਾਪਸ ਆ ਗਿਆ ਨਰਾਨ ਮੇ ਜੋ ਸਾਰਾ ਖਾਣਾ ਸ਼ਾਮ ਕਾ ਖਾ ਰਹੇ ਯਾਰ ਤਕਰੀਬਨ ਯਹਾਂ ਪੇ 8:30 ਹੋਣੇ ਪਰ ਆਏ ਔਰ ਦੇਖੋ ਸਰਦੀ ਐਸੀ ਹੈ ਜੈਕਟ ਲੈਣੋ ਕਬ ਸਿੱਧੀ ਦਾ ਹੋਟਲ ਸੇ ਜਾ ਕੇ ਜੈਕਟ ਪਿਕ ਕਰਤਾ ਹੂੰ ਉਹਨਾਂ ਕੰਮ ਨਹੀਂ ਚਲੇਗਾ ਅਲਹਮਦੁਲਿਲਾ ਹਮਾਰਾ ਦੂਸਰਾ ਦਿਨ ਮੁਕੰਮਲ ਹੋਇਆ ਦੂਸਰਾ ਦਿਨ ਖੁੰਜ਼ਾ ਕੇ ਅੰਦਰ ਦੋ ਦਿਨ ਕੀ ਥਕਾਵਟ ਨਹੀਂ ਥੀ ਕੁਛ ਸਮਝ ਹੀ ਨਹੀਂ ਆ ਰਹੀ ਨੀਂਦ ਵੈਸੇ ਬੜੀ ਮਸਤ ਆਈ 8 ਘੰਟੇ ਕੀ ਨੀਂਦ ਆ ਅਬ ਹਮਾਰੀ ਰਵਾਨਗੀ ਜੋ ਸੀ ਨਾ ਜੀਤ ਕੀ ਤਰਫ ਹੈ ਤੋ ਅਬ ਦੇਖਦੇ ਹਾਂ ਆਗੇ ਜਾ ਕੇ ਅਪਡੇਟ ਕਰਦੇ ਹਾਂ ਵਹਾਂ ਪੇ ਕਾਫੀ ਫਿਲਹਾਲ ਸ਼ੋਰ ਹੈ ਕਿਉਂਕਿ ਥੋੜ੍ਹੀ ਦੇਰ ਪਹਿਲੇ ਤਾਂ ਮੈਂ ਉੱਠਾ ਹੋਇਆ ਵਾ ਤੋ ਪਰ ਅਪਡੇਟ ਕਰੂੰਗਾ ਤੋ ਅਬ ਹਮਾਰਾ ਸੁਬਹ ਦਾ ਨਾਸ਼ਤਾ ਜੋ ਸਾ ਹੋ ਜਾਏਗਾ ਪੰਜਾਬ ਟਿੱਕਾ ਇਸ ਮੇਂ ਇਹ ਮੈਂ ਪ੍ਰੇਕ ਕਰਨੇ ਉਸਕੇ ਬਾਅਦ ਚਾਪਲ ਮਨੁੱਖੀ ਝੀਲ ਮੇਂ ਜਾ ਰਹੇ ਹਾਂ ਅਸ਼ਾ ਨਹੀਂ ਮਜੇ ਚੱਲਦੇ ਵਿੱਚ ਹਾਂ ਜ਼ਿੰਦਗੀ ਮੈਂ ਫਿਰ ਕਹਾਂ ਦੁਬਾਰਾ ਮੌਕੇ ਮਿਲੇ ਜਾਣ ਉਹ ਭਾਈ ਜਾਨ ਨੇ ਜਾ ਕੇ ਨਾਸ਼ਤਾ ਵਿੱਚ ਤਾਂ ਲਗਵਾ ਲਿਆ ਹੁਣ ਫਿਰ ਦੇਖਦੇ ਹਾਂ ਕਿ ਟੇਬਲ ਫੋਨ ਜਾ ਫਿਰ ਬਾਅਦ ਮੈਂ ਹੋਰ ਇਹਦਾ ਆ ਜਾਓ ਸ਼ਨੀ ਨੂੰ ਕਰਜ ਲਾਇਆ ਕਦ ਛੋਟਾ ਨਾ ਮਾਤ ਕੰਪਨੀ ਦੇ ਰਹਾ ਡਰਾਈਵਰ ਕੋ ਚਲੋ ਦੇਖਦੇ ਹਾਂ ਕਹਿੰਦੇ ਹੈ ਕਿ 1.25 ਘੰਟਾ ਤੱਕ ਅਸੀਂ ਪਹੁੰਚ ਜਾਏਂਗੇ ਔਰ ਜੋ ਇਸਕੇ ਬਾਅਦ ਸੁਣੀਆਂ ਕਿ ਲੋਕ ਉਲਟੀਆਂ ਕਰ ਕਰਕੇ ਪਾਗਲ ਹੋਈ ਜਾਂਦੇ ਨੇ ਨਹੀਂ ਲੋਕ ਨਹੀਂ ਸਿਰਫ ਤੂੰ ਇਸ ਵਕਤ ਇਹਨਾਂ ਰਸ਼ ਨਹੀਂ ਹੋਗਾ ਦੇਖਦੇ ਹਾਂ ਇਹ ਤਾਂ ਵਕਤ ਬਤਾਏਗਾ ਤੋ ਐਟ ਲਿਫਟ ਯੇ ਰਹੀ ਸੈਫਲ ਮਾਸ਼ਾਅੱਲਾ ਵਾਕਈ ਯਾਰ ਜਗ੍ਹਾ ਬਹੁਤ ਪਿਆਰੀ ਹੈ ਔਰ ਰਸ਼ ਦੇਖੋ ਛੋਟਾ ਯਾਰ ਮੈਂ ਵੇਖਣਾ ਪਿਆ ਤੂੰ ਪਿੱਛੇ ਨਹੀਂ ਠੀਕ ਹੈ ਬਰਫ਼ ਕੇ ਉੱਪਰ ਜਾ ਕੇ ਆਪਕੋ ਦੋ ਬਣਾ ਨਾ ਠੰਡੀ ਹੁੰਦੀ ਹੈ ਵੇਖੋ ਦੋ ਬਣਾ ਨਾ ਉਹਦੇ ਬਾਦਲ ਹੋ ਜਾਂਦੇ ਨਹੀਂ ਬਾਤ ਇਹ ਕਿ ਹਮ ਆਪਣੇ ਇੰਤਜ਼ਾਮ ਸਾਥ ਲੈ ਕੇ ਚੱਲਦੇ ਹਾਂ ਕਰਕੇ ਜੇ ਬਰਫ਼ ਖੋਦ ਰਹੇ ਹਾਂ ਸਟਿੰਗ ਦੀ ਬੋਤਲ ਵੀ ਇਸਮੇਂ ਲਗਾ ਕੇ ਜ਼ਰਾ ਠੰਡੀ ਕਰ ਲੈਂ ਤਾਂ ਕਿ ਆਗੇ ਕਾ ਸਫ਼ਰ ਮਾਰਾ ਸਾਨੂੰ ਜੇ ਚੱਲ ਤੂੰ ਕਰ ਲੈ ਪਰ ਮੇਰੀ ਉਂਗਲੀ ਨਾ ਲੈ ਲਿਆਵੇ ਇੱਕ ਬੋਤਲ ਫੜਾਓ ਬੋਤਲੇ ਤਾਂ ਲਗਾਓ ਨਾ ਜਲਦੀ ਜਲਦੀ ਕਰ ਵੀ ਜਲਦੀ ਜਲਦੀ ਕਰ ਉੱਪਰ ਲੈ ਕੇ ਆ ਤੂੰ ਫਰੀ ਵੀ ਬਰਫ਼ ਕੇ ਗੋਲੇ ਤਿਆਰ ਹੈ ਥੋੜ੍ਹਾ ਆ ਜਾਏ ਉਹ ਹਵਾ ਬੈਠਾ ਅੱਛਾ ਮੇਰੇ ਪਿਆਰੇ ਭੈਣੋ ਤੋਂ ਭਾਈਓ ਨਹੀਂ ਮੇਰੇ ਪਿਆਰੇ ਭਾਈਓ ਰੁਚੀ ਭੈਣੋ ਹਮ ਇਸ ਵਕਤ ਜੋਨ ਸਿੰਘ ਹੈ ਨਾ
ओए कौन सी झील है, मैं भूल गया हूँ। सैफल मलुक पहुँच गया और ये देखें नीचे चीटी चीटी बर्फ है। तो इसे हम जरूर अपलोड भी करेंगे, तो मेरी वीडियो को लाइक भी करिएगा। चलो भाई जान, आई एम रेडी। फकदा सा आया, मैं अभी ये वीडियो बंद करता हूँ, आगे की बात में। ये देख लो भाई जान, हंसों की जोड़ी जा रही है। ये दोनों जिशान है, दोनों के दोनों जिशान है। जिशान है दोनों? हाँ दोनों ही जिशान है। आ गया तू, आ गया इस वीडियो में। आपके पास 10 मिनट का रहा। रात के 3 बज गए। टापोर्ट टाप पिंजरा से डायरेक्ट ही अपन घर पर आ रहे हैं। कितने घंटे हो गए कम से कम? नारान से कितने घंटे हो गए हमें? दोपहर को 1 बजे निकले थे। हाँ दोपहर के 1 बजे के निकले हुए, रात के 3 बज गए। और अभी हमने इस वक्त हम खारियों के पास हैं, लाला मुसा खारियों। 14 घंटे हो गए आते वक्त, तो पता नहीं क्यों बच जाती है। कोशिश करना चाहिए आते वक्त सफ़र के दौरान ना स्टे करके आने के, क्या करें सबकी बात माननी पड़ती है। हालांकि देख रहे हैं ये 14 घंटे की मुसाफत। तो हेयर यू नहीं, हेयर वी आर। एटलीस्ट 4:45 बजे हम यहाँ पे पहुँच गए हैं। ये वही सब हुआ, गए कारों में, आए हवारों में, लेकिन अल्हम्दुलिल्लाह सफ़र कंप्लीट हमारा। ज़्यादा कुछ नहीं है, लोगों तक हुआ।